ਗੁਰੂ ਗ੍ਰੰਥ ਸਾਹਿਬ ਦੀ ਵੀ ਤੇ ਸਾਡੀ ਅਸੀਂ ਜਦੋਂ ਦੁਨੀਆਂ ਚ ਕਾਰ ਵਾਰ ਦਿਹਾੜੀ ਦਾ ਸ਼ੁਰੂ ਕਰਨੇ ਆ ਇਲੈਕਸ਼ਨ ਸ਼ੁਰੂ ਕਰਨੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਕੋਲੋਂ ਹੁਕਮ ਲੈ ਕੇ ਸ਼ੁਰੂ ਕਰਨੇ ਸਾਡੀ ਲੜਾਈ ਕੀ ਆ ਸਾਡੀ ਲੜਾਈ ਆ ਅਸੀਂ ਇਸ ਗੁਰੂ ਗ੍ਰੰਥ ਸਾਹਿਬ ਚੋਂ ਗੁਰੂ ਸ਼ਬਦ ਲੈਂਦੇ ਆ ਇਹਨੂੰ ਗੁਰੂ ਮੰਨਦੇ ਆ ਤੇ ਜਿਹੜੇ ਦੂਜੀ ਸੋਚ ਵਾਲੇ ਜਿਹੜੀ ਇਹਦੀ ਬਦਵੀ ਕਰ ਰਹੇ ਨੇ ਉਹ ਗੁਰੂ ਮੰਨਦੇ ਨੇ ਜਿਹੜਾ ਦੇਹਧਾਰੀ ਗੁਰੂ ਦੇਹਧਾਰੀ ਗੁਰੂ ਵਾਲੇ ਇਹਨੂੰ ਕਿਤਾਬ ਕਹਿੰਦੇ ਨੇ ਅਸੀਂ ਇਹਨੂੰ ਆਪਣਾ ਗੁਰੂ ਮੰਨਦੇ ਹੋਏ ਸ਼ਬਦ ਗੁਰੂ ਮੰਨਦੇ ਹੋਏ ਹੁਕਮਨਾਮਾ ਲੈ ਕੇ ਤੁਰਨੇ ਆ ਸਪੀਕਰ ਸਾਹਿਬ ਅੱਜ ਜਦੋਂ ਮੈਂ ਆ ਰਿਹਾ ਸੀਗਾ ਤੇ ਮੈਂ ਸੋਚ ਰਿਹਾ ਸੀ ਵੀ ਸੱਚ ਬੋਲਣ ਦਾ ਵੇਲਾ ਜੇ ਅੱਜ ਮੈਂ ਸੱਚ ਬੋਲੋ ਤਾਂ ਕਦਾ ਹੀ ਕਰ ਜਾਵਾਂਗਾ ਤੇ ਮੇਰਾ ਖਿਆਲ ਹੈ ਵੀ ਮੈਂ ਬੜਾ ਵੱਡਾ ਗੁਨਾਹ ਕਰਾਂਗਾ ਕਿਉਂਕਿ ਮੇਰੇ ਸਾਹਮਣੇ ਅੱਜ ਹੈ ਨਹੀਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੀ ਬਜ਼ੁਰਗੀ ਦਾ ਥੋੜਾ ਜਿਹਾ ਮੈਨੂੰ ਵੀ ਸਤਿਕਾਰ ਹੈ ਮੈਂ ਸੋਚਦਾ ਸੀ ਵੀ ਕਸੂਰਵਾਰ ਤੇ ਇਹ ਇਨਸਾਨ ਹੈ ਮੈਂ ਇਹਦੇ ਖਿਲਾਫ਼ ਕੀ ਆਖਾਂਗਾ ਕਿਵੇਂ ਆਖਾਂਗਾ ਪਰ ਫਿਰ ਮੈਨੂੰ ਪਾਤਰ ਸਾਹਿਬ ਦੀਆਂ ਲਾਈਨਾਂ ਚੇਤੇ ਆਈਆਂ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਸਪੀਕਰ ਸਾਹਿਬ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਤਾਂ ਮੇਰੇ ਯਾਰ ਮੇਰਾ ਜੀਣਾ ਕਿਵੇਂ ਸਹਿਣਗੇ ਜੇ ਮੈਂ ਝੂਠ ਮਾਰ ਕੇ ਜਿਉਂਦਾ ਵੀ ਰਵਾਂਗਾ ਤਾਂ ਮੇਰੇ ਯਾਰ ਆਖਣਗੇ ਵੀ ਇਹ ਬੇਜ਼ਮੀਰੀ ਜ਼ਿੰਦਗੀ ਜੀ ਰਿਹਾ ਸਪੀਕਰ ਸਾਹਿਬ ਇਸ ਤੋਂ ਬਾਅਦ ਮੈਂ ਬਾਬੇ ਨਾਨਕਵਰਾਂ ਦੀ ਬਾਣੀ ਵੱਲ ਵੀ ਝਾਤੀ ਮਾਰੀ ਬਾਬੇ ਨਾਨਕਵਰਾਂ ਗੱਲ ਆਖੀ ਵੀ ਸੱਚ ਕੀ ਬਾਣੀ ਨਾਨਕ ਆਖੇ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਈ ਸੀ ਸੱਚ ਕੀ ਵੇਲਾ ਅੱਜ ਸੱਚ ਬੋਲਣ ਦਾ ਵੇਲਾ ਹੈ ਜਿਹੜਾ ਬਾਬੇ ਨਾਨਕਵਰਾਂ ਆਖਿਆ ਜਿਹੜਾ ਅੱਜ ਝੂਠ ਮਾਰੇਗਾ ਉਹ ਗੁਨਾਹ ਕਰੇਗਾ ਸਪੀਕਰ ਸਾਹਿਬ ਗੱਲ ਕੀ ਹੈ ਇੱਕ ਜੂਨ ਨੂੰ ਵਾਕਿਆ ਹੋਇਆ ਇੱਕ ਜੂਨ ਸਾਰਾ ਦਿਨ ਲੰਘਿਆ ਦੋ ਜੂਨ ਨੂੰ ਪਿੰਡ ਦੀ ਸੰਗਤ ਇਕੱਠੀ ਹੋਈ ਤੇ ਤੁਰੀ ਥਾਣੇ ਵੱਲ ਤੁਰੀ ਤੇ ਰਾਹ ਚ ਇੱਕ ਹਰੀਕ੍ਰਿਸ਼ਨ ASI ਮਿਲ ਪਿਆ ਹਰੀਕ੍ਰਿਸ਼ਨ ASI ਨਹੀਂ ਜਾ ਕੇ ਇੱਕ ਰਬੜ ਦਰਜ ਕਰਤੀ ਵੀ ਗੁਰੂ ਗ੍ਰੰਥ ਸਾਹਿਬ ਗਵਾਚਿਆ ਸਪੀਕਰ ਸਾਹਿਬ ਹੈਰਾਨਗੀ ਦੀ ਗੱਲ ਆ ਇੱਕ ਜੂਨ ਤੇ 25 ਸਤੰਬਰ ਤੱਕ ਉਸ ਪਿੰਡ ਚ ਨਾ ਕੋਈ ਥਾਣੇਦਾਰ ਨਾ ਕੋਈ DSP ਨਾ ਕੋਈ SSP ਨਾ ਕੋਈ DIG ਨਾ IG ADG ਕੋਈ ਨੀ ਗਿਆ ਨਾ MLA ਨਾ ਕੋਈ ਵਜ਼ੀਰ ਨਾ ਕੋਈ ਚੀਫ ਮਿਨਿਸਟਰ ਇਹ ਧਰਮ ਦੇ ਨਾਂ ਤੇ ਮੰਗਣ ਵਾਲੀ ਸਰਕਾਰ ਸੁੱਤੀ ਰਹੀ ਫਿਰ ਸਪੀਕਰ ਸਾਹਿਬ 25 ਸਤੰਬਰ ਨੂੰ ਪਿੰਡ ਬੁਰਜ ਸਿੰਘ ਵਾਲਾ ਜਿੱਥੋਂ ਗ੍ਰੰਥ ਸਾਹਿਬ ਚੋਰੀ ਹੋਇਆ ਉੱਥੇ ਇਸ਼ਤਿਹਾਰ ਲੱਗੇ ਦੋ ਉਹਨਾਂ ਇਸ਼ਤਿਹਾਰਾਂ ਦੀ ਸਪੀਕਰ ਸਾਹਿਬ ਵਰਡਿੰਗ ਸੁਣਨ ਵਾਲੀ ਹੈ ਪੜ੍ਹਨ ਵਾਲੀ ਹੈ ਉਸ ਵਰਡਿੰਗ ਚ ਲਿਖਿਆ ਤੁਹਾਡਾ ਗੁਰੂ ਬਰਗਾੜੀ ਵਿੱਚ ਜੇ ਉਹ ਇਸ਼ਤਿਹਾਰ ਚ ਲਿਖਿਆ ਤੁਹਾਡਾ ਗੁਰੂ ਬਰਗਾੜੀ ਵਿੱਚ ਜੇ ਜਿਹੜਾ ਲੱਭ ਲਏਗਾ ਅਸੀਂ ਉਹਨੂੰ 10 ਲੱਖ ਇਨਾਮ ਦਿਆਂਗੇ ਸਪੀਕਰ ਸਾਹਿਬ ਚੈਲੰਜ ਸੀ ਇਸ ਤੋਂ ਪਹਿਲਾਂ ਕੁਝ ਸਿੱਖ ਸੰਗਤਾਂ ਨੇ ਆਖਿਆ ਸੀ ਵੀ ਜਿਹੜਾ ਸਾਨੂੰ ਗੁਰੂ ਦੀ ਕੁਛ ਦੱਸੇਗਾ ਵੀ ਕਿੱਥੇ ਆ ਸੂਹ ਦੇਵੇਗਾ ਉਹਨੂੰ ਅਸੀਂ 5 ਲੱਖ ਦਿਆਂਗੇ ਇਹਨਾਂ ਆਖਿਆ ਸੀ 10 ਲੱਖ ਦਿਆਂਗੇ ਜੇ ਬਰਗਾੜੀ ਚ ਗੁਰੂ ਤੁਸੀਂ ਲੱਭ ਲਓਗੇ ਨਾਲ ਉਹਨਾਂ ਲਿਖਿਆ ਦਾਦੂ ਵਾਲ ਨੂੰ ਵੀ ਸੋਧ ਕੇ ਦੱਸਾਂ ਸਪੀਕਰ ਸਾਹਿਬ ਇਸ਼ਤਿਹਾਰ ਲੱਗਣ ਤੋਂ ਪਿੱਛੋਂ ਵੀ ਸਰਕਾਰ ਨਹੀਂ ਜਾਗੀ ਫਿਰ ਬਰਗਾੜੀ ਵਿੱਚ ਕੋਈ ਪਹਿਰਾ ਨਹੀਂ ਲਾਇਆ ਬਰਗਾੜੀ ਵਿੱਚ ਕੋਈ ਕੈਮਰੇ ਨਹੀਂ ਲਾਏ ਬਰਗਾੜੀ ਚ ਕੋਈ ਪੁਲਿਸ ਨਹੀਂ ਖਿਲਾਰੀ ਉਸੇ ਬਰਗਾੜੀ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲੀਲੋ ਲੀਲ ਹੋਇਆ ਲੱਭਿਆ ਇਹ ਸਰਕਾਰ ਕੀ ਕਰਦੀ ਰਹੀ ਪੰਥ ਦੇ ਨਾਂ ਦੇ ਵੋਟਾਂ ਮੰਗਣ ਵਾਲੀ ਸਰਕਾਰ ਕਿੱਥੇ ਸੁੱਤੀ ਰਹੀ ਸਪੀਕਰ ਸਾਹਿਬ ਫਿਰ ਸੰਗਤ ਆਪ ਮਾਰੇ ਉੱਠੀ ਜੋ ਸੰਗਤ ਉੱਠੀ ਤਾਂ ਲੋਕ ਧਰਨਾ ਦੇ ਕੇ ਕੋਟਕਪੂਰੇ ਬਹਿ ਗਏ ਸਪੀਕਰ ਸਾਹਿਬ ਪਹਿਲਾਂ ਤਾਂ ਕੋਈ DSP ਵੀ ਨਹੀਂ ਗਿਆ ਉਦਣ SSP DIG IGਆਂ ਦਾ ਪਤਾ ਹੀ ਨਾ ਲੱਗੇ ਕਿੰਨੇ ਕੋ ਆਵੇ ਤੇ ਲੋਕ 500-600 ਤੇ ਦੁਨੀਆ ਪੁਲਿਸ ਦੀ ਆਲੇ ਦੁਆਲੇ ਹਜ਼ਾਰਾਂ ਸਪੀਕਰ ਸਾਹਿਬ ਪੁਲਿਸ ਵੀ 2 ਤਰ੍ਹਾਂ ਦੀ ਸੀ ਇੱਕ ਪੰਜਾਬ ਪੁਲਿਸ ਸੀ ਇੱਕ ਸੈਣੀ ਪੁਲਿਸ ਸੀ ਸੈਣੀ ਪੁਲਿਸ ਪੰਜਾਬ ਪੁਲਿਸ ਨੂੰ ਕੁਝ ਨਹੀਂ ਸਮਝਦੀ ਪੰਜਾਬ ਪੁਲਿਸ ਸੈਣੀ ਪੁਲਿਸ ਨੂੰ ਪਰ ਦਬਦਬਾ ਸੈਣੀ ਪੁਲਿਸ ਦਾ ਸੀ ਗੋਲੀ ਮੁਕਤਸਰ ਵੀ ਚੱਲੀ ਨਾ ਕੋਟਪੁਰੇ ਵੀ ਚੱਲੀ ਕੁਝ ਜ਼ਖਮੀ ਹੋਏ ਫਿਰ ਬਹਿਬਲ ਕਲਾਂ ਦੀ ਗੱਲ ਆ ਗਈ ਸਪੀਕਰ ਸਾਹਿਬ
ਬਾਈਬਲ ਕਲਾਂ ਦੇ ਬੋਰਡ ਤੇ ਮੈਂ ਜਾ ਕੇ ਦੇਖਿਆ ਇੱਕ ਲਿੰਕ ਰੋਡ ਦਾ ਮੋੜ ਲਿੰਕ ਰੋਡ ਦੇ ਮੋੜ ਤੇ ਹਜ਼ਾਰ ਬੰਦਾ ਹੋਊ ਜਾਂ 1500 ਕੀਰਤਨ ਕਰਦਾ ਢੋਲਕੀਆਂ ਛਹਿਣੇ ਵਜਾਉਂਦਾ ਉੱਥੇ ਉਹ ਚਰਨਜੀਤ ਸ਼ਰਮਾ SSP ਚਲਾ ਗਿਆ ਜਾ ਕੇ ਕਹਿੰਦਾ ਵੀ 2.5 ਮਿੰਟ ਦਿੱਤੇ ਤੁਹਾਨੂੰ 2.5 ਮਿੰਟਾਂ ਚ ਉੱਠ ਜਾਓ ਸਪੀਕਰ ਸਾਹਿਬ ਕੋਈ ਵਾਰਨਿੰਗ ਨਹੀਂ ਕੋਈ ਲਾਠੀ ਚਾਰਜ ਨਹੀਂ ਕੋਈ ਪਾਣੀ ਨਹੀਂ SDM ਲਾਗੇ ਖਲੋਤਾ ਉਹਦਾ ਕੋਈ ਹੁਕਮ ਨਹੀਂ ਤੇ ਗੋਲੀਆਂ ਮਾਰਨੀਆਂ ਸ਼ੁਰੂ ਕਰਦੀਆਂ ਸਪੀਕਰ ਸਾਹਿਬ ਹੈਰਾਨਗੀ ਦੀ ਗੱਲ ਹੈ ਉਸ ਤੋਂ ਕੁਝ ਦਿਨ ਪਹਿਲਾਂ ਡੇਰਾ ਪੈਰੋਕਾਰਾਂ ਦਾ ਹੋਵੇ ਧਰਨਾ ਉਹਨੂੰ ਪੁਲਿਸ ਚੁੱਕੇ ਨਾ ਤੇ ਇਹਨਾਂ ਨੂੰ ਆਖੇ 2.5 ਮਿੰਟਾਂ ਚ ਉੱਠੋ ਇਹ ਕੀ ਸੀ ਵੋਟਾਂ ਦੀ ਰਾਜਨੀਤੀ ਵੋਟਾਂ ਨੇ ਪੰਜਾਬ ਖਤਮ ਕਰਤਾ ਅੱਜ ਇਸ ਹਾਲਾਤ ਚ ਬੈਠੇ ਆ ਕਿ ਸੈਸ਼ਨ ਸੱਦ ਕੇ ਸਾਰੇ ਉਹਨਾਂ ਨੂੰ ਗਾਲਾਂ ਕੱਢ ਰਹੇ ਆ ਉਹ ਪੰਜਾਬੀ ਦਾ ਗੀਤ ਆਉਂਦਾ ਛੱਲਾ ਜਾਂ ਉਹਨੂੰ ਕੋਈ ਮੋੜ ਲਿਆਵੋ ਸਾਡੇ ਗਏ ਅਕਾਲੀ ਰੁਸਕੇ ਜਾਓ ਕੋਈ ਉਹਨੂੰ ਸੱਦ ਕੇ ਲਿਆਓ ਵੀ ਉਹ ਸੁਣੋ ਤਾਂ ਸਹੀ ਤੁਹਾਡੀਆਂ ਕਰਤੂਤਾਂ ਕੀ ਨੇ ਸਪੀਕਰ ਸਾਹਿਬ ਬਾਈਬਲ ਕਲਾਂ ਦੀ ਮੈਂ ਜਸਟਿਸ ਰਣਜੀਤ ਸਿੰਘ ਦੀ ਗੱਲ ਨਹੀਂ ਕਰਦਾ ਜਸਟਿਸ ਰਣਜੀਤ ਸਿੰਘ ਦੀ ਗੱਲ ਕੀਤੀ ਬੜਾ ਗੁੱਸਾ ਕਰਦੇ ਆ ਮਨਪ੍ਰੀਤ ਜੀ ਆ ਮੇਰੇ ਕੋਲ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਮੈਂ ਜਸਟਿਸ ਜੋਰਾ ਸਿੰਘ ਨੂੰ ਕੋਟ ਕਰਾਂਗਾ ਜਸਟਿਸ ਰਣਜੀਤ ਸਿੰਘ ਨੂੰ ਨਹੀਂ ਕਿਉਂਕਿ ਗੁੱਸਾ ਕਰਦੇ ਆ ਜਸਟਿਸ ਰਣਜੀਤ ਸਿੰਘ ਨੇ ਆਪਣਾ ਨਿਚੋੜ ਕੱਢਿਆ ਗੋਲੀ ਬਿਨਾਂ ਕਿਸੇ ਪੜਕਾਟ ਤੋਂ ਬੇਵਜ੍ਹਾ ਚਲਾਈ ਗਈ ਜੋਰਾ ਸਿੰਘ ਨੇ ਗੋਲੀ 3 ਫੁੱਟ ਦੀ ਦੂਰੀ ਤੋਂ ਮਾਰੀਆਂ ਗਈਆਂ ਗੋਲੀਆਂ ਸਰੀਰ ਦੇ ਉੱਪਰਲੇ ਹਿੱਸੇ ਤੋਂ ਵੱਜੀਆਂ ਤੇ ਹੇਠਾਂ ਨੂੰ ਗਈਆਂ ਸਪੀਕਰ ਸਾਹਿਬ ਉਹ ਲਿਖਦਾ ਜਸਟਿਸ ਜੋਰਾ ਸਿੰਘ ਲਿਖਦਾ ਇਨ ਦੀ ਸਰਕਮਸਟਾਂਸਿਸ ਵੇਅਰ ਬੋਥ ਦਾ ਵਿਕਟਮਸ ਗੁਰਜੀਤ ਸਿੰਘ ਐਂਡ ਕਿਸ਼ਨ ਭਗਵਾਨ ਸਿੰਘ ਵਰ ਇਨ ਸਿਟਿੰਗ ਪੋਜੀਸ਼ਨ ਬੈਠੇ ਹੋਏ ਸੀਗੇ ਇਹ ਉਹਨਾਂ ਦਾ ਕਮਿਸ਼ਨ ਕਹਿੰਦਾ ਜਿਹਨੂੰ ਇਹਨਾਂ ਬਣਾਇਆ ਨਾ ਜੋਰਾ ਸਿੰਘ ਸੀ ਪਰ ਜੀਰੋ ਸਿੰਘ ਕਰਤਾ ਉਹਦੀ ਰਿਪੋਰਟ ਲਈ ਹੀ ਨਹੀਂ 8 ਮਹੀਨੇ ਸਿੱਧੂ ਸਾਹਿਬ ਬੜਾ ਗੁੱਸਾ ਕਰਦੇ ਆ ਕਹਿੰਦੇ ਜੀ ਬੇਵਜ੍ਹਾ ਇਸ਼ਤਿਹਾਰ ਦਿੰਦੇ ਰਹੇ ਇਹਨੂੰ ਬੇਵਜ੍ਹਾ ਤਨਖਾਹ ਦੇ ਛੱਡੀ ਜੇ ਇਹਨੂੰ ਮੰਨਣਾ ਨਹੀਂ ਤੇ ਬਣਾਇਆ ਕਿਉਂ ਸਪੀਕਰ ਸਾਹਿਬ ਕ੍ਰਿਸ਼ਨ ਭਗਵਾਨ ਸਿੰਘ ਵਰ ਇਨ ਸਿਟਿੰਗ ਪੋਜੀਸ਼ਨ ਵਟ ਇੰਪੈਲ ਦਾ ਪੁਲਿਸ ਆਫਿਸਰ ਟੂ ਫਾਇਰ ਐਟ ਦੈਮ ਐਂਡ ਦੈਟ ਟੂ ਫਰੋਮ ਏ ਕਲੋਜ਼ ਕੰਟੈਕਟ ਇਜ਼ ਬਿਯਾਂਡ ਕੰਪਰੀਹੈਂਸ਼ਨ ਮੋਰ ਸੋ ਵੈਨ ਦਾ ਵਿਕਟਮਸ ਵਰ ਇਨ ਡਿਫੈਂਸਲੈਸ ਐਂਡ ਅਨਆਰਮਡ ਦੀ ਅਪਸ਼ਾਟ ਦੇਅਰਫੋਰ ਇਜ਼ ਦੈਟ ਦਾ ਪੁਲਿਸ ਫਾਇਰਿੰਗ ਐਜ ਏ ਰਿਜ਼ਲਟ ਆਫ ਵਿਚ 2 ਪਰਸਨਸ ਗੁਰਜੀਤ ਸਿੰਘ ਐਂਡ ਕਿਸ਼ਨ ਭਗਵਾਨ ਡਾਈਡ ਮੋਰ ਦੈਨ 500 ਵਰ ਗ੍ਰੀਵਸਲੀ ਵਾਜ ਐਬਸੋਲੂਟਲੀ ਅਨਵਰਾਂਟਡ ਐਬਸੋਲੂਟਲੀ ਅਨਵਰਾਂਟਡ ਇਹ ਉਹਨਾਂ ਦਾ ਕਮਿਸ਼ਨ ਕਹਿ ਰਿਹਾ ਸਪੀਕਰ ਸਾਹਿਬ ਹੁਣ ਮਜੀਠੀਆ ਸਾਹਿਬ ਕਹਿ ਰਿਹਾ ਨਹੀਂ ਜੀ ਸੁਪਰੀਮ ਕੋਰਟ ਦਾ ਜੱਜ ਚਾਹੀਦਾ ਸੀ ਜੇ ਸੁਪਰੀਮ ਕੋਰਟ ਦੇ ਜੱਜ ਨੇ ਵੀ ਇਹ ਕਹਿਤਾ ਫਿਰ ਕੀ ਕਰੋਗੇ ਅਬ ਤੋਂ ਘਬਰਾ ਕੇ ਕਹਿਤੀ ਹੈ ਕਿ ਮਰ ਜਾਏਗੇ ਮਰ ਕਰ ਵੀ ਚੈਨ ਨਾ ਪਾਇਆ ਤਾਂ ਕਿੱਧਰ ਜਾਏਗੇ ਕਿੱਥੇ ਭੱਜੋਗੇ ਕਿੱਥੇ ਭੱਜੋਗੇ ਪਤਾ ਹੈ ਨਾ ਪਤਾ ਹੈ ਗੋਲੀਆਂ ਕਿੰਨੇ ਮਰਾਈਆਂ ਪਤਾ ਹੈ ਗੋਲੀਆਂ ਕਿੰਨੇ ਮਾਰੀਆਂ ਵੋ ਕਤਲ ਕਰਕੇ ਕਿਸੇ ਸੇ ਪੁੱਛਦੇ ਫਿਰਤੇ ਹੈ ਇਹ ਕਾਮ ਕਿਸਨੇ ਕੀਆ ਇਹ ਕਾਮ ਕਿਸਨੇ ਕੀਆ ਸਪੀਕਰ ਸਾਹਿਬ ਸਾਰਾ ਕੁਝ ਹੱਥੀ ਕਰਕੇ ਇੱਕ ਹੱਥੀ ਕਰਕੇ ਇਹ ਹੁਣ ਡਰਾਮੇ ਕਰਦੇ ਫਿਰਦੇ ਨੇ ਸਪੀਕਰ ਸਾਹਿਬ ਧਰਨਾ ਅੱਜ ਵੀ ਲੱਗਾ 2.5-3 ਮਹੀਨੇ ਹੋ ਚਲੇ ਧਰਨਾ ਲੱਗਿਆ ਉੱਥੇ ਕਿਉਂ ਨੀ ਗੋਲੀ ਚੱਲੀ ਉੱਥੇ ਕਿਉਂ ਨੀ ਫੋਰਸ ਚਲੇਗੀ ਉੱਥੇ ਕਿਉਂ ਨੀ DIG IG ਚਲਾ ਗਿਆ ਸਪੀਕਰ ਸਾਹਿਬ ਇਹ ਪੰਥਕ ਹੁੰਦੇ ਪਰ ਮੇਰਾ ਨੀ ਖਿਆਲ ਕਿਸੇ ਨੇ ਬਾਣੀ ਪੜ੍ਹੀ ਹੋਵੇ ਸਪੀਕਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਇਹੋ ਜਿਹੀ ਸਿਚੁਏਸ਼ਨ ਡੀਲ ਕਰਨ ਲਈ ਲਿਖਿਆ ਉਹ ਕੀ ਲਿਖਿਆ ਜੇ ਇਹੋ ਜਿਹਾ ਧਰਨਾ ਲੱਗ ਜੇ ਗੱਲ ਹੋ ਜੇ ਉਹਨਾਂ ਲਿਖਿਆ ਪ੍ਰਥਮੇ ਮਤਾ ਜੀ ਕੀ ਪੱਤਰੀ ਚਲਾਓ ਪਹਿਲਾਂ ਇਕੱਠੇ ਹੋ ਕੇ ਕੋਈ ਚਿੱਠੀ ਭੇਜੋ ਉਹਨਾਂ ਫਿਰ ਦੁੱਤੀਆ
ਮਤਾ ਦੂਈ ਮਨੁੱਖ ਪਹੁੰਚਾਓ। ਫਿਰ ਕੋਈ ਦੋ ਬੰਦੇ ਭੇਜੇ ਜਿਸ ਵਿੱਚ ਕੈਪਟਨ ਸਾਹਿਬ ਨੇ ਮੈਨੂੰ ਭੇਜਿਆ ਵੀ ਇਹਨਾਂ ਨਾਲ ਗੱਲਬਾਤ ਕਰੋ, ਗੱਲਬਾਤ ਕਰਕੇ ਇਹਨਾਂ ਨੂੰ ਸਮਝਾਓ। ਤੀਜੀ ਗੱਲ ਉਹਨਾਂ ਆਖਿਆ ਮਤਾ ਕੁਛ ਕਰਾਓ ਉਪਾਏ, ਫਿਰ ਕੋਈ ਉਪਾਏ ਲੱਭੋ। ਸਪੀਕਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਤੇ ਗੁਰੂ ਸਾਹਿਬਾਨ ਦੀ ਮਿਹਰ ਆ, ਇਹਨਾਂ ਨੂੰ ਗੁੜਤੀ ਮਿਲੀ ਗੁਰੂਆਂ ਕੋਲੋਂ। ਅੱਜ ਜਿਵੇਂ ਰੰਧਾਵਾ ਸਾਹਿਬ ਕਹਿੰਦੇ ਰਹਿੰਦੇ ਨੇ ਵੀ ਮਜੀਠੀਆਂ ਨੂੰ ਗੁੜਤੀ ਮਿਲੀ ਡਾਇਰ ਤੋਂ, ਇਹਨਾਂ ਡਾਇਰ ਵਾਲਾ ਤਰੀਕਾ ਅਪਣਾਇਆ, ਇਹਨਾਂ ਗੋਲੀਆਂ ਚਲਾਤੀਆਂ। ਸਪੀਕਰ ਸਾਹਿਬ ਅਗਲੇ ਸਾਲ ਮੇਰਾ ਖਿਆਲ ਅਸੀਂ 100 ਸਾਲਾਂ ਜਲਿਆਂਵਾਲਾ ਬਾਗ ਮਨਾਉਣ ਲੱਗਿਆ, ਉਹਦਾ 100 ਸਾਲਾਂ ਮਨਾਉਣ ਲੱਗਿਆ। ਜੇ ਜਲਿਆਂਵਾਲਾ ਬਾਗ ਨਹੀਂ ਭੁੱਲਿਆ ਤੇ ਭੁੱਲਣਾ ਇਹ ਵੀ ਨਹੀਂ, ਭੁੱਲਣਾ ਵਰਗਾੜੀ ਵੀ ਨਹੀਂ। ਇਹ ਸਪੀਕਰ ਸਾਹਿਬ ਇਹ ਲੋਕਾਂ ਦਾ ਖੂਨ ਹੈ, ਪਾਣੀ ਨਹੀਂ, ਇਸ ਦੀ ਸੁਰਖੀ ਕਦੇ ਵੀ ਜਾਣੀ ਨਹੀਂ, ਲੋਕਾਂ ਦੇ ਮਨਾਂ ਚੋਂ ਜਾ ਨਹੀਂ ਸਕਦੀ। ਸਪੀਕਰ ਸਾਹਿਬ ਜਸਟਿਸ ਜੋਰਾ ਸਿੰਘ ਨੇ ਪੁੱਛਿਆ ਐਸ ਪੀ ਨੂੰ ਵੀ ਤੁਸੀਂ ਸਕੈਚਿਸ ਬਣਾਏ ਲੋਕਾਂ ਤੋਂ ਪੁੱਛ ਕੇ ਵੀ ਕਿਹੋ ਜਿਹੀ ਸ਼ਕਲ ਸੀ? ਕਹਿੰਦਾ ਨਹੀਂ ਜੀ, ਅਸਾਂ ਨਹੀਂ ਬਣਾਏ। ਫਿਰ ਜੋਰਾ ਸਿੰਘ ਨੇ ਇੱਕ ਡੀ ਐਸ ਪੀ ਨੂੰ ਪੁੱਛਿਆ ਤੁਸੀਂ ਸਕੈਚਿਸ ਬਣਾਏ? ਕਹਿੰਦੇ ਨਹੀਂ ਬਣਾਏ ਨੇ ਜੀ। ਉਹਨਾਂ ਬਣਾਏ ਨੇ ਤੇ ਫਿਰ ਕਿਸੇ ਇਸ਼ਤਿਹਾਰ ਦਿੱਤਾ? ਕਹਿੰਦੇ ਨਹੀਂ ਜੀ। ਕਹਿੰਦੇ ਟੈਲੀਵਿਜ਼ਨ ਤੇ ਫਾਲੇ? ਕਹਿੰਦੇ ਨਹੀਂ। ਸਿੱਧੂ ਸਾਹਿਬ ਕਰੋੜਾਂ ਦਾ ਇਸ਼ਤਿਹਾਰ ਛਾਪ ਕੇ ਕਿਤੇ ਇਹਨਾਂ ਦੀ ਫੋਟੋ ਵੀ ਛਾਪ ਦਿੰਦੇ? ਇਹਦਾ ਮਤਲਬ ਆ ਜੋਰਾ ਸਿੰਘ ਕਹਿੰਦਾ ਦੀ ਬਾਬ ਡਿਸਕਸ਼ਨ ਲੀਡਸ ਦਾ ਕਮਿਸ਼ਨ ਟੂ ਹੋਲਡ ਦੈਟ ਇਨਵੈਸਟੀਗੇਟਰ ਡਿਡ ਨਾਟ ਪ੍ਰੋਪਰਲੀ ਇੰਟਰੋਗੇਟਡ ਦਾ ਹਾਈਲੀ ਸੈਂਸਿਟਿਵ ਮੈਟਰ ਹੈ। ਇੰਨਾ ਸੈਂਸਿਟਿਵ ਮੈਟਰ ਹੋਵੇ ਤੇ ਇਹ ਕਹਿੰਦੇ ਫਿਰਦੇ ਵੀ ਸਾਨੂੰ ਮਜੀਠੀਆ ਦੂਜਾ ਰਣਜੀਤ ਸਿੰਘ ਦਾ ਮਨਜ਼ੂਰ ਨਹੀਂ, ਜਿਹੜਾ ਮਨਜ਼ੂਰ ਸੀ ਉਹਨੂੰ ਕਿਉਂ ਨਹੀਂ ਮੰਨਿਆ, ਉਹਨੂੰ ਕਿਉਂ ਨਹੀਂ ਪੜਿਆ? ਉਹ ਕਿਉਂ ਬੰਦ ਕਮਰੇ ਚ ਪਿਆ ਰਿਹਾ? 8 ਮਹੀਨੇ ਕਿਸੇ ਪੜਿਆ ਹੀ ਨਹੀਂ, ਫਿਰ ਕਿਸੇ ਕਹਿਣ ਲੱਗੇ ਸਾਡੇ ਕੋਲ ਮੌਕਾ ਹੀ ਨਹੀਂ ਸੀ ਸਮਾਂ ਉੱਤੇ ਐਕਸ਼ਨ ਲੈਣ ਦਾ। ਸਪੀਕਰ ਸਾਹਿਬ ਇਹ ਲੋਕ ਜਿਹੜੇ ਨੇ ਅੰਦਰੋਂ ਚੋਰ ਸਨ, ਅੰਦਰੋਂ ਕਮਜ਼ੋਰ ਸੀ, ਇਹਨਾਂ ਦੇ ਅੰਦਰ ਤੇਲ ਖਤਮ ਹੋ ਚੁੱਕਾ ਸੀ। ਇਨ ਚਿਰਾਗੋ ਮੇਂ ਤੇਲ ਹੀ ਕਮ ਥਾ, ਕਿਆ ਗਿਲਾ ਹਮ ਫਿਰ ਹਵਾਓਂ ਸੇ ਕਰੇ, ਵੀ ਹਵਾਵਾਂ ਆ ਗਈਆਂ ਤੇ ਅਸੀਂ ਜੀ, ਪਰ ਹੈ ਅੰਦਰ ਆਪਣੇ ਤੇਲ ਨਹੀਂ ਸੀ। ਫਿਰ ਸਪੀਕਰ ਸਾਹਿਬ ਨਵਾਂ ਡਰਾਮਾ ਕੀਤਾ ਸੁਖਬੀਰ ਜੀ ਨੇ, ਕਹਿੰਦੇ ਦੋ ਬੰਦੇ ਫੜ ਲਏ ਅੰਮ੍ਰਿਤਧਾਰੀ ਸਿੰਘਾਂ। ਸਪੀਕਰ ਸਾਹਿਬ ਲੜਾਈ ਤੇ ਆ ਵੀ ਜਿਹੜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਤੇ ਇੱਕ ਉਹ ਜਿਹੜੇ ਦੇਹਧਾਰੀ ਨੂੰ ਗੁਰੂ ਮੰਨਦੇ ਨੇ। ਸਪੀਕਰ ਸਾਹਿਬ ਮੇਰਾ ਮੰਨਣਾ ਹਿੰਦੁਸਤਾਨ ਦੇ ਵਿੱਚ ਕੋਈ ਹਿੰਦੁਸਤਾਨੀ ਇਹ ਗੁਨਾਹ ਨਹੀਂ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ। ਇਹ ਕਿਸੇ ਦੇ ਮਗਰ ਕੋਈ ਸਾਜਿਸ਼ ਕਿਸੇ ਦੀ ਸੋਚ ਕੰਮ ਕਰਦੀ ਹੈ। ਸਪੀਕਰ ਸਾਹਿਬ ਅੰਮ੍ਰਿਤਧਾਰੀ ਸਿੰਘ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਸ਼ਬਦ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਆ ਵਾਕ ਲੈ ਕੇ ਕਿ ਉਹ ਅੰਮ੍ਰਿਤਧਾਰੀ ਸਿੰਘਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਸੀ। ਸਪੀਕਰ ਸਾਹਿਬ ਡਰਾਮਾ ਕਿੱਡਾ ਵੱਡਾ ਕੀਤਾ ਸੁਖਬੀਰ ਨੇ, ਭੱਜਾ ਭੱਜਾ ਸਿਰੇ ਡੀਜੀਪੀ ਦੇ ਪੁਲਿਸ ਹੈਡਕੁਆਟਰ ਤੇ ਗਿਆ, ਜਾ ਕੇ ਪ੍ਰੈਸ ਕਾਨਫਰੰਸ ਕੀਤੀ, ਆਖਿਆ ਬੰਦੇ ਲੱਭ ਲਏ, ਆ ਦੋ ਭਰਾ ਲੱਭ ਲਏ, ਵਿੱਚ ਪ੍ਰੈਸ ਕਾਨਫਰੰਸ ਕਰਕੇ ਛੱਡ ਗਿਆ। ਮੈਂ ਹੁਣ ਚੱਲਿਆ ਗੁਰੂ ਦਾ ਸ਼ੁਕਰੀਆ ਕਰ ਨਾਢਾ ਸਾਹਿਬ, ਨਾਢਾ ਸਾਹਿਬ ਸਿੱਧੂ ਸਾਹਿਬ ਗਿਆ ਸ਼ੁਕਰੀਆ ਕੀਤਾ, ਦਸਾਂ ਦਿਨਾਂ ਪਿੱਛੋਂ ਫਿਰ ਕਹਿਤਾ ਨਹੀਂ ਜੀ ਇਹ ਤੇ ਨਿਹੱਕ ਨੇ ਇਹਨਾਂ ਨੂੰ ਛੱਡ ਦਿੱਤਾ। ਚਲੋ ਜਿੱਦਣ ਫੜੇ ਗਏ ਸੀ ਉਦਣ ਤੇ ਗੁਰੂ ਕੋਲ ਗਏ ਤੇ ਜਿੱਦਣ ਛੱਡੇ ਵੀ ਇਹ ਗੁਨਾਹ ਹੋ ਗਿਆ ਉਦਣ ਕਿਉਂ ਨਹੀਂ ਗਏ? ਉਦਣ ਗੁਰੂ ਚੇਤੇ ਨਹੀਂ ਆ? ਸਪੀਕਰ ਸਾਹਿਬ ਇਹਦੇ ਮਨ ਚ ਖਾਸ਼ ਹੈ ਮੈਂ ਹਿੰਦੁਸਤਾਨ ਦਾ ਜਾਂ ਦੁਨੀਆਂ ਦਾ ਸਭ ਤੋਂ ਅਮੀਰ ਸਿੱਖ ਬਣਨਾ। ਉਹਦੇ ਲਈ ਉਹਨੇ ਕੋਈ ਚੀਜ਼ ਐਸੀ ਨਹੀਂ ਛੱਡੀ ਜਿਹਨੂੰ ਲੁੱਟਿਆ ਨਹੀਂ ਕੁੱਟਿਆ ਨਹੀਂ, ਪਰ ਜ਼ਮੀਰ ਗਵਾ ਲਈ, ਜ਼ਮੀਰ ਮਾਰ ਲਈ। ਸਪੀਕਰ ਸਾਹਿਬ ਇੱਕ ਚੀਜ਼ ਸੀ ਜ਼ਮੀਰ ਜੋ ਵਾਪਸ ਨਾ ਲਾ ਸਕਾ ਤੂੰ, ਲੋਟਾ ਤਾਂ ਹੈ ਜ਼ਰੂਰ ਦੁਨੀਆਂ ਖਰੀਦ ਕਰ, ਦੁਨੀਆਂ ਦਾ ਭਾਵੇਂ ਖਰੀਦ ਲੈ ਪਰ ਜ਼ਮੀਰ ਗਵਾ ਬੈਠਾ, ਲੋਕਾਂ ਦੀਆਂ ਨਜ਼ਰਾਂ ਚੋਂ ਡਿੱਗ ਚੁੱਕਾ ਵੀਰੋ, ਇਹ ਮੁੜ ਕੇ ਇਹ ਉੱਠਣ ਦਾ ਅੱਜ ਦਾ ਫੈਸਲਾ ਦੱਸੇਗਾ ਵੀ ਇਹਨਾਂ ਉੱਠਣਾ ਕਿ ਨਹੀਂ ਉੱਠਣਾ।
ਸਪੀਕਰ ਸਾਹਿਬ ਮਨਪ੍ਰੀਤ ਜੀ ਨੇ ਇੱਕ ਰੈਫਰੈਂਸ ਦਿੱਤਾ ਸੀ 1978 ਦਾ, ਠੀਕ ਸੀ, ਉਦੋਂ ਵੀ ਦੇਹਧਾਰੀ ਗੁਰੂ ਵਾਲਿਆਂ ਨੂੰ ਪ੍ਰੋਟੈਕਟ ਕੀਤਾ ਗਿਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਨੂੰ ਨੁਕਸਾਨ ਹੋਇਆ। ਸਪੀਕਰ ਸਾਹਿਬ ਇਹਨਾਂ ਦੀ ਸੋਚ ਸੀ, ਇਹ ਘਟਨਾ ਕਰਕੇ ਪੰਜਾਬ ਚ 15 ਸਾਲ ਅੱਗ ਲੱਗੀ ਰਹੀ, ਕਿਉਂ ਮਨਪ੍ਰੀਤ ਜੀ ਤੁਸੀਂ ਫਿਗਰਾਂ ਦਿੱਤੇ, ਇੰਨੇ ਮਰ ਗਏ, ਇੰਨਾ ਕੁਝ ਹੋ ਗਿਆ। ਸਪੀਕਰ ਸਾਹਿਬ ਅੱਜ ਵੀ ਕਿਤੇ ਪਰਮਾਤਮਾ ਉਸ ਪਾਸੇ ਨਾ ਪੰਜਾਬ ਨੂੰ ਤੋੜ ਦੇਵੇ, ਜੋ ਜੀ ਕੇ ਨਾਥ ਹੋਇਆ ਮੈਂ ਨੀ ਮੰਨਦਾ ਚੰਗਾ ਹੋਇਆ, ਕਿਉਂਕਿ ਬਾਣੀ ਕਹਿੰਦੀ ਹੈ ਜੋ ਪੜੋਸੀ ਕੇ ਹੋਇਆ ਆਪਣੇ ਵੀ ਜਾਨ, ਜੇ ਉਹਦੀ ਪੱਗ ਲੱਥਿਆ ਸਾਂਗੇ ਕਿਸੇ ਦਿਨ ਸਾਡੀ ਵੀ ਲੱਥੇਗੀ। ਮਾੜੇ ਨੂੰ ਮਾੜਾ ਕਹਿਣਾ ਸਿੱਖੀਏ ਸਪੀਕਰ ਸਾਹਿਬ, ਚੰਗੇ ਨੂੰ ਚੰਗਾ ਕਹਿਣਾ ਸਿੱਖੀਏ। ਅੱਜ ਚੰਗਾ ਕਹਿਣ ਦਾ ਵੇਲਾ, ਅੱਜ ਸਾਰਿਆਂ ਨੂੰ ਇਕੱਠਿਆਂ ਹੁੰਦਾ ਵੇਲਾ, ਅੱਜ ਸੋਚ ਕਰਨੀ ਚਾਹੀਦੀ ਆ ਜਿਹੜੇ ਗੁਰੂ ਦੇ ਨਹੀਂ ਸਾਡੇ ਕਦੋਂ ਬਣਗੇ, ਉਹਨਾਂ ਨੂੰ ਵੱਖਰਾ ਕਰ ਦਈਏ। ਸਪੀਕਰ ਸਾਹਿਬ ਬਾਦਲ ਸਾਹਿਬ ਦੀ ਕਹਾਣੀ ਕੈਪਟਨ ਸਾਹਿਬ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਕੈਪਟਨ ਬਾਦਲ ਸਾਹਿਬ ਨੇ ਪਹਿਲਾਂ ਤਾਂ ਜਿਹੜਾ ਵੀ ਸਿੱਖ ਚੀਫ ਮਿਨਿਸਟਰ ਬਣਿਆ ਗਿੱਲ ਤਬਾਹ ਕੀਤਾ, ਜਸਟਿਸ ਗਰੇਵਾਲ ਤਬਾਹ ਕੀਤਾ, ਬਰਨਾਲਾ ਸਾਹਿਬ ਤਬਾਹ ਕੀਤੇ, ਇਹ ਸਿਆਸੀ ਬੰਦਿਆਂ ਦੀ ਕਹਾਣੀ। ਫਿਰ ਅਕਾਲੀ ਦਲ ਵਿਚ ਜਿਹੜਾ ਟੋਰਾ ਤਲਵੰਡੀ ਨਾਲ ਫੀਮ ਜੋੜਤੀ, ਲੌਂਗੋਵਾਲ ਵਿਚਾਰਾ ਤੇ ਮਰਵਾ ਹੀ ਦਿੱਤਾ ਤੇ ਟੋਰਾ ਸਾਹਿਬ ਨੂੰ ਗਦਾਰ ਕਹਿਤੇ ਲਵਾਤਾ, ਬਰਨਾਲਾ ਸਾਹਿਬ ਨੂੰ ਵੀ। ਹਾਂਜੀ ਬਰਨਾਲਾ ਸਾਹਿਬ ਚਲੋ ਅਜੇ ਠੀਕ ਠਾਕ ਆ, ਪਰ ਸਪੀਕਰ ਸਾਹਿਬ ਜੇ ਆਪਾਂ ਸੋਚੀਏ ਵੀ ਇਹ ਸਾਰੀਆਂ ਸੰਸਥਾਵਾਂ ਅਕਾਲ ਤਖ਼ਤ ਖਤਮ ਕੀਤਾ, ਅਕਾਲ ਤਖ਼ਤ ਦੇ ਜਥੇਦਾਰ ਖਤਮ ਕੀਤੇ, ਇਸ ਤਰ੍ਹਾਂ ਬਦਲੇ ਜੀ ਉਹ ਕੋਈ ਐਸ ਡੀ ਐਮ ਬਦਲੀ ਦੇ, ਕੋਈ ਡੀ ਐਸ ਪੀ ਬਦਲੀ ਦੇ ਨੇ, ਲਿਫਾਫਿਆਂ ਚ ਪ੍ਰਧਾਨ ਕੱਢੇ, ਸਾਰਿਆਂ ਦਾ ਘਾਣ ਕਰਕੇ ਇੱਕ ਮਧਾਣੀ ਪਾ ਕੇ ਸਪੀਕਰ ਸਾਹਿਬ ਬਾਦਲ ਸਾਹਿਬ ਨੇ ਰਿੜਕਿਆ ਤੇ ਉਸ ਮਧਾਣੀ ਚ ਨਿਕਲਿਆ ਕਿ ਚਾਰ ਰਤਨ। ਸਪੀਕਰ ਸਾਹਿਬ ਚਾਰ ਰਤਨ, ਕੈਪਟਨ ਸਾਹਿਬ ਚਾਰ ਰਤਨ ਨਿਕਲੇ, ਉਹ ਚਾਰ ਰਤਨ ਨੇ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ, ਮਜੀਠੀਆ ਸਾਹਿਬ ਤੇ ਆਦੇਸ਼ ਪ੍ਰਤਾਪ, ਇਹ ਚਾਰੇ ਨਿਕਲੇ, ਬਾਕੀ ਤਬਾਹ ਹੋ ਗਏ। ਆ ਉਹਨਾਂ ਦਾ ਸ਼ਰੀਕ ਬੈਠਾ ਮਨਪ੍ਰੀਤ ਬਾਦਲ, ਇਹ ਤੇ ਉੱਥੇ ਦਾ ਉੱਥੇ ਹੀ ਰਹਿ ਗਿਆ ਤੇ ਉਹ ਕਿੱਥੇ ਦੇ ਕਿੱਥੇ ਪਹੁੰਚ ਗਏ। ਸਪੀਕਰ ਸਾਹਿਬ ਅੱਜ ਵੇਲਾ, ਅੱਜ ਵੇਲਾ ਇਹ ਜਦੋਂ ਉਹਨਾਂ ਨੇ ਹੈਡਗ੍ਰੰਥੀ ਜਥੇਦਾਰ ਬਦਲੇ ਅਕਾਲ ਤਖ਼ਤ ਦੇ, ਉਹਨਾਂ ਵਿੱਚ ਇੱਕ ਨਾ ਬੜੇ ਬਦਲੇ ਵਿਦਾਂਤੀ ਸਾਹਿਬ, ਹੋਰ ਬੜੇ ਬਦਲੇ, ਇੱਕ ਨੇ ਲਿਖਿਆ ਵੀ ਇਹ ਪਰਿਵਾਰ ਜਿਹੜਾ ਵਾ ਅਮਰ ਵੇਲ ਵਾਂਗੂ ਆ, ਜਿੱਥੇ ਪੈ ਜੇ ਉਹ ਬੂਟਾ ਸੁੱਕ ਜਾਂਦਾ, ਇਹ ਵੱਧਦਾ ਰਹਿੰਦਾ। ਇਹ ਵਿਚਾਰਾ ਬਦਲ, ਇਹ ਨਹੀਂ ਵਧਿਆ, ਉਹ ਪਰਿਵਾਰ ਵੱਧ ਗਿਆ, ਤਬਾਹ ਕਰਤਾ ਸਭ ਨੂੰ। ਸਪੀਕਰ ਸਾਹਿਬ ਇਸ ਤਬਾਹੀ ਦੇ ਵਿੱਚ ਕੁਝ ਅਫਸਰ ਵੀ ਨਾਲ ਸਨ, ਪੰਜਾਬ ਦਾ ਮਾਹੌਲ ਵਿਗਾੜਨ ਚ ਅਫਸਰ ਵੀ ਨਾਲ ਸਨ। ਸਪੀਕਰ ਸਾਹਿਬ ਸੈਣੀ ਸਾਹਿਬ ਦਾ ਨਾਂ ਕਈ ਵਾਰੀ ਆਇਆ। ਸਪੀਕਰ ਸਾਹਿਬ ਇਹਦੀ ਮੈਂ ਛੋਟੇ ਜਿਹੇ ਚਾਰ ਹਾਲਾਤ, ਚਾਰ ਇੰਸਟਾਂਸਿਸ ਦੱਸਣੇ ਚਾਹਾਂਗਾ। ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੁਹਾਡੇ ਸ਼ਹਿਰ ਰੋਪੜ ਚ ਕੁਲਵੰਤ ਸਿੰਘ ਹਿਊਮਨ ਰਾਈਟਸ ਦਾ ਵਕੀਲ ਸੀਗਾ, ਉਹਦੀ ਵਹੁਟੀ ਦੇ 4 ਮਹੀਨਿਆਂ ਦਾ ਬੱਚਾ ਅੱਜ ਤੱਕ ਨਹੀਂ ਲੱਭਿਆ, ਨਹੀਂ ਲੱਭਿਆ। ਸਪੀਕਰ ਸਾਹਿਬ ਫਿਰ ਰੋਪੜ ਜ਼ਿਲ੍ਹੇ ਚ ਜਟਾਣਾ ਪਰਿਵਾਰ ਜਿਉਂਦਿਆਂ ਸਾੜਤਾ। ਸਪੀਕਰ ਸਾਹਿਬ ਚਿੱਟੀ ਕਪੜੀ ਪੁਲਿਸ ਭੇਜੀ, ਨਾਲ ਪੂਲਾ ਨਿਹੰਗ ਭੇਜਿਆ, 80-82 ਸਾਲਾਂ ਦਾ ਵੱਡੇ ਤੋਂ ਵੱਡਾ ਤੇ 6 ਸਾਲਾਂ ਦਾ ਛੋਟੇ ਛੋਟਾ ਜੀ ਸੜਿਆ ਉੱਥੇ। ਸਪੀਕਰ ਸਾਹਿਬ ਮੁਗਲਾਂ ਨੇ ਬੜੇ ਜ਼ੁਲਮ ਕੀਤੇ ਪੰਜਾਬੀਆਂ ਤੇ, ਬਹੁਤ ਜ਼ੁਲਮ ਕੀਤੇ, 18 ਤਰੀਕੇ ਉਹਨਾਂ ਚੁਣੇ ਸੀ, ਆਰੀਆਂ ਤੇ, ਚਰਖੜੀਆਂ ਤੇ, ਉਬਲੀਆਂ ਦੇਗਾਂ ਤੇ, ਤੱਤੀਆਂ ਰੇਤਾਂ ਤੇ ਬਿਠਾਇਆ, ਪਰ ਕਿਸੇ ਮੁਗਲ ਨੇ ਸਾਨੂੰ ਜਿਉਂਦਿਆਂ ਨਹੀਂ ਸਾੜਿਆ। ਇਹ ਇੱਕੋ ਹੀ ਮੁਗਲ ਜਿਹਨੇ ਨਾ ਕਰਨਲ ਬਖਸ਼ਿਆ। ਫਿਰ ਸਪੀਕਰ ਸਾਹਿਬ ਜਿਹੜੀ ਸਭ ਤੋਂ ਮਾੜੀ ਘਟਨਾ ਹੋਈ ਉਹ ਲੁਧਿਆਣੇ ਦੇ ਪਰਿਵਾਰ ਨਾਲ ਹੋਈ। ਸਪੀਕਰ ਲੁਧਿਆਣੇ ਦੇ ਪਰਿਵਾਰ ਨਾਲ ਸੈਣੀ ਮੋਟਰਸ ਨਾਲ, ਸੈਣੀ ਮੋਟਰਸ ਨਾਲ ਜੋ ਹੋਇਆ ਉਹ ਰੱਬ ਕਿਸੇ ਨਾਲ ਨਾ ਕਰੇ। ਸਪੀਕਰ ਸਾਹਿਬ 3 ਜੀ
ਹਾਈ ਕੋਰਟ ਤੋਂ ਅੱਗੋਂ ਚੁੱਕੇ, ਹਾਈ ਕੋਰਟ ਤੋਂ ਅੱਗੋਂ ਚੁੱਕੇ, ਨਾਲ ਡਰਾਈਵਰ ਦੋ ਭਰਾ ਦੇ ਡਰਾਈਵਰ ਅੱਜ ਤੱਕ ਨਹੀਂ ਲੱਗੇ। ਸਪੀਕਰ ਸਾਹਿਬ ਦੋ ਮੈਂ ਦੱਸਣਾ, ਸਪੀਕਰ ਸਾਹਿਬ ਕਈ ਮੈਨੂੰ ਡੱਕਦੇ ਰਹੇ ਵੀ ਜੇ ਤੂੰ ਸੈਣੀ ਸਾਹਿਬ ਦਾ ਨਾਂ ਲਿਆ ਤਾਂ ਇੱਕ ਸੁਸਾਇਟੀ ਦਾ ਇੱਕ ਵਰਗ ਨਾਰਾਜ਼ ਹੋਊਗਾ, ਤੁਸੀਂ ਉਹ ਵਰਗ ਨੂੰ ਨਾਰਾਜ਼ ਨਾ ਕਰੋ। ਸਪੀਕਰ ਸਾਹਿਬ ਜਿਹੜੇ ਮੈਨੂੰ ਇਹ ਸਲਾਹ ਦਿੰਦੇ ਨੇ, ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗਾ ਵੀ ਜਿਹੜੇ ਉਹ ਬੰਦੇ ਗੁਆਚੇ, ਉਹਨਾਂ ਦਾ ਨਾਂ ਸੀ ਵਿਨੋਦ ਕੁਮਾਰ ਅਸ਼ੋਕ ਕੁਮਾਰ, ਇਹ ਕਿਸ ਸੁਸਾਇਟੀ ਦੇ ਬੰਦੇ ਨੇ ਬਈ ਜਿਹੜੇ ਸਾਡੇ ਨਾਲ ਨਾਰਾਜ਼ ਹੋਣਗੇ? ਕਿਉਂ ਅਸ਼ੂ ਜੀ ਲੁਧਿਆਣੇ ਵਾਲੇ ਹੋ, ਕਿਹੜਾ ਵਰਗ ਨਾਰਾਜ਼ ਹੋਊਗਾ? ਫਿਰ ਜਿਹੜਾ ਉਦ ਵੀ ਮਾੜਾ ਕੰਮ ਸੀ, ਉਹਨਾਂ ਦੀਆਂ ਬੀਬੀਆਂ ਨੂੰ ਥਾਣੇ ਦੇ ਵਿੱਚ ਕੋਲ ਕੁਰਸੀ ਤੇ ਬਹਿ ਕੇ ਹੱਥ ਚ ਰਿਵਾਲਵਰ ਫੜ ਕੇ ਆਪਣੇ ਗਨਮੈਨਾਂ ਨੂੰ ਆਖਿਆ ਕੁਰਕਰਮ ਕਰੋ। ਸਪੀਕਰ ਸਾਹਿਬ ਮੇਰੀ ਮਾਂ ਵੀ ਹੋ ਸਕਦੀ ਹੈ, ਉਹ ਮੇਰੀਆਂ ਭਰਜਾਈਆਂ ਵੀ ਹੋ ਸਕਦੀਆਂ, ਮੇਰੀਆਂ ਭੈਣਾਂ ਵੀ ਹੋ ਸਕਦੀਆਂ। ਜਮੀਰ ਰਾਜ ਨਹੀਂ ਦਿੰਦੀ ਇਹੋ ਜਿਹੇ ਘਟੀਆ ਇਹੋ ਜਿਹੇ ਕਾਤਲ ਬੰਦਿਆਂ ਨੂੰ ਅੱਜ ਮਾਫ਼ ਕਰਦੀ ਹੈ? ਕਿਹਨੂੰ ਕਿਹਨੂੰ ਬਖਸ਼ਿਆ ਉਹਨੇ? ਕਿਸ ਲੀਡਰ ਨੂੰ ਬਖਸ਼ਿਆ ਉਹਨੇ? ਡੀ ਐਸ ਪੀਆਂ ਤੱਕ ਉਹਨੇ ਆਪਣੇ ਪਿੱਠ ਜੇ ਉੱਥੇ ਕੁੱਟਿਆ, ਦਫ਼ਤਰਾਂ 'ਚ ਕੁੱਟਿਆ। ਸਪੀਕਰ ਸਾਹਿਬ ਜਿਹੜੀਆਂ ਉਹ ਬੀਬੀਆਂ ਸਨ, ਇੱਕ 80 ਸਾਲਾਂ ਦੀ ਤੇ ਦੂਜੀਆਂ ਦਾ ਨਾਂ ਸੀ ਸ਼੍ਰੀਮਤੀ ਬਾਲਾ, ਇੱਕ ਇਸ ਸੁਸਾਇਟੀ ਦੇ ਵਰਗ ਦਾ ਨਾਂ, ਸ਼੍ਰੀਮਤੀ ਰਚਨਾ, ਇਹ ਕਿੰਨਾ ਦਾ ਨਾਂ ਹੈ? ਸਾਨੂੰ ਕਿਉਂ ਡਰਾਉਂਦੇ ਹੋ? ਸੱਚ ਦਾ ਸਾਥ ਦਿਓ, ਤੁਸੀਂ ਸੱਚ ਦਾ ਸਾਥ ਨਹੀਂ ਦਿੰਦੇ ਪਏ, ਪਛਤਾਓਗੇ। ਸਪੀਕਰ ਸਾਹਿਬ ਮੰਡ ਸਾਹਿਬ ਅੱਜ ਧਰਨੇ ਦੇ ਵਿੱਚ, ਕੋਈ ਇਹ ਨਾ ਸਮਝੇ ਵੀ ਨਾ ਕਚਹਿਰੀਆਂ ਦੇ ਉੱਤੇ ਕੋਈ ਕਚਹਿਰੀ ਨਹੀਂ, ਰੱਬ ਦੀ ਕਚਹਿਰੀ ਹੈਗੀ ਆ ਮੰਡ। ਅੱਜ ਜਹੇਦਾਰ ਮੰਡ ਧਰਨੇ ਤੇ ਬੈਠਾ, ਮੈਂ ਸੱਚੀ ਕਹਾਣੀ ਸੁਣਾਉਣ ਲੱਗਾ ਸਿੱਧੂ ਸਾਹਿਬ। ਮੈਂ ਦੋ ਥਾਣੇ ਦੇ ਵਿੱਚ ਮੰਡ ਦਾ ਪਿਓ ਸਰਦਾਰ ਅਜੈਬ ਸਿੰਘ ਹਵਾਲਾ ਦਿੱਤਾ ਸੀ, ਸਵੇਰੇ ਉਸਤਾਦ ਹਰਬੰਸ ਸਿੰਘ ਉਹਦਾ ਠਣਦਾ ਦਾ ਨਾਂ ਸੀ, ਕਹਿੰਦਾ ਅਜੈਬ ਸਿੰਘ ਬਾਹਰ ਨਿਕਲੋ, ਉਹਨੂੰ ਬਾਹਰ ਕੱਢਿਆ, ਬਾਹਰ ਦੋ ਲਾਸ਼ਾਂ ਪਈਆਂ ਸਨ, ਮਨਪ੍ਰੀਤ ਜੀ ਲਾਸ਼ਾਂ ਪਈਆਂ ਸਨ, ਤੇ ਕਹਿੰਦਾ ਪਛਾਣ ਇਹਨਾਂ ਨੂੰ? ਉਹਨੇ ਮੂੰਹ ਤੋਂ ਕੱਪੜਾ ਚੁੱਕਿਆ, ਇੱਕ 14 ਸਾਲ ਦਾ, ਇੱਕ 16 ਸਾਲ ਦਾ, ਉਹਦੇ ਦੋ ਮੁੰਡੇ, ਉਹਨਾਂ ਦੀਆਂ ਲਾਸ਼ਾਂ। ਉਹ ਕਹਿੰਦਾ ਉਸਤਾਦਾ ਰੱਬ ਤੈਨੂੰ ਕੀੜੇ ਪਾਵੇ, ਤੈਨੂੰ ਮੌਤ ਨੂੰ ਤਰਸੇ, ਤੈਨੂੰ ਮੌਤ ਨਾ ਆਵੇ। ਸਪੀਕਰ ਸਾਹਿਬ ਰੱਬ ਦੀ ਕਰਨੀ ਹੈ, ਦੇਖੋ ਉਹ ਪੂਰਨ ਸਿੰਘ ਨੂੰ ਕੀੜੇ ਪੈ ਗਏ, ਕੀੜੇ ਪੈਣੇ? ਉਹ ਸਰਪੰਚ ਨੂੰ ਕੀੜੇ ਪੈ ਗਏ, ਉਹ ਵਾਜਾ ਮਾਰੇ ਮੌਤ ਨੂੰ ਮੌਤ ਨਾ ਆਵੇ। ਫਿਰ ਉਹਨੇ ਇਸ ਮੰਡ ਸਾਹਿਬ ਨੂੰ ਸੱਦਿਆ ਵੀ ਰੱਬ ਦਾ ਵਾਸਤਾ ਮੇਰੀ ਅਰਦਾਸ ਕਰੋ, ਮੇਰੀ ਜਾਨ ਨਿਕਲ ਜਾਵੇ। ਸਪੀਕਰ ਸਾਹਿਬ ਮੰਡ ਨੇ ਆਖਿਆ ਵੀ ਮੇਰੀ ਅਰਦਾਸ ਚ ਇੰਨੀ ਤਾਕਤ ਨਹੀਂ, ਇਹ ਬਖਸ਼ਣਹਾਰ ਸਿਰਫ ਅੰਮ੍ਰਿਤਸਰ ਹਰਿਮੰਦਰ ਸਾਹਿਬ ਆ, ਉੱਥੇ ਚਲਿਆ ਜਾ। ਸਪੀਕਰ ਸਾਹਿਬ ਤਰਸਦਾ ਰਿਹਾ ਮੌਤ ਨੂੰ, ਬੋ ਆਉਂਦੀ ਰਹੀ ਕੋਲੋਂ, ਕਿਸੇ ਨਾਲ ਦਾ ਧਿਆਨ ਨਹੀਂ ਕੀਤਾ। ਸਪੀਕਰ ਸਾਹਿਬ ਰੱਬ ਨਹੀਂ ਬਖਸ਼ੇਗਾ। ਹਾਂ ਇਹ ਸ਼ਰਮਸਾਰ ਗੱਲ ਆ ਫੂਲਕਾ ਜੀ, ਹਿੰਦੁਸਤਾਨ ਦੀਆਂ ਕਚਹਿਰੀਆਂ ਹਾਈਐਸਟ ਤੋਂ ਲੈ ਕੇ ਲੋਐਸਟ ਤੱਕ ਇਸ ਇਨਸਾਨ ਲਈ ਫੇਲ ਹੋਈਆਂ, ਫੇਲ ਹੋਈਆਂ। ਬੀਬੀ ਅਮਰ ਕੌਰ ਤਰੀਕਾ ਭੁਗਤਦੀ ਥੱਕ ਗਈ, ਪਾਤਰ ਸਾਹਿਬ ਦੀਆਂ ਫਿਰੋਂ ਲਾਈਨਾਂ ਚੇਤੇ ਆਉਂਦੀਆਂ ਨੇ, ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਤੇ ਬੀਬੀ ਅਮਰ ਕੌਰ ਤੇ ਮੁੱਕੀ ਗਈ, ਉਹ ਤੇ ਮਰੀ ਗਈ, ਉਹਦੀ ਬਾਤ ਕਿੰਨੇ ਸੁਣਨੀ ਆ? ਉਹ ਫਿਰ ਕਹਿੰਦੇ ਆਖੋ ਇਹਨਾਂ ਉਜੜੇ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ, ਹੁਣ ਆਖਰ ਕਦੋਂ ਤੱਕ ਇੱਥੇ ਉਹ ਖੜੇ ਰਹਿਣਗੇ? ਫਿਰ ਉਹ ਗੱਲ ਕਹਿੰਦੇ, ਅਗਲੀ ਗੱਲ ਸੁਣਨੋ ਨੀ ਫੂਲਕਾ ਸਾਹਿਬ, ਜੱਜਾਂ ਨੂੰ ਸੁਣਾਇਓ ਜਿਹੜੀਆਂ ਅਗਲੀਆਂ ਦੋ ਲਾਈਨਾਂ ਆਖੀਆਂ, ਕਿ ਇਹ ਇਨਸਾਫ ਹਉਮੈ ਦੇ ਪੁੱਤ ਕਰਨਗੇ? ਜਿਹਨਾਂ ਨੂੰ ਘਮੰਡ ਆ, ਅਸੀਂ ਜੱਜ ਆ, ਜਿਹਨਾਂ ਨੂੰ ਘਮੰਡ ਆ ਕਿ ਅਸੀਂ ਕਿਸੇ ਦੇ ਥੱਲੇ ਨਹੀਂ ਆਉਂਦੇ। ਸਪੀਕਰ ਸਾਹਿਬ ਫੁਲਕਾ ਸਾਹਿਬ ਕਦੇ ਅਸੀਂ ਫੋਟੋਆਂ ਦੇਖਦੇ ਹਾਂ ਜੱਜਾਂ ਦੇ ਅੱਖਾਂ ਤੇ ਪੱਟੀਆਂ ਬੰਨੀਆਂ ਹੋਈਆਂ, ਤੇ ਜੱਜ ਇਨਸਾਫ ਜਿਹੜਾ ਉਹਦੀਆਂ ਨਜ਼ਰਾਂ ਨਹੀਂ ਹੁੰਦੀਆਂ, ਪਰ ਉਹਨਾਂ ਤੇ ਪੱਟੀਆਂ ਲੱਥ ਗਈਆਂ, ਦੱਸਣ ਦਿਆ ਡੀ ਜੀ ਪੀ ਆ,
कुछ नहीं करना इन स्पीकर साहब जी खीरली लाइन आखी कि ये खामोश पत्थर दे बुत करनगे ये जज खामोश होए पे ने मुंह लफ ही नहीं निकला फुलका जी वो बीबी दिल्ली केस भुगती रही फुलका जी लुधियाने दियां धीआं लुधियाने च एक कवि होया बड़ा चिर पहला शहर लुधियाने मनप्रीत जी ओदा प्यासे फिल्म च एक गाना आया सी वो गाना मैं स्पीकर साहब तुहानू पढ़ के सुनाऊंगा ये लूटते हुए कारवां जिंदगी के कहां है मुहावज खुदी के जिन्हें नाज है हिंद पर वो कहां है मनप्रीत जी अगों कहिंदा मदद चाहती है ये हवा की बेटी यशोदा की हम जिनस राधा की बेटी वो जिड़ियां धीआं सन यशोदा की हम जिनस राधा की बेटी पैंबर की उम्मत जुलेखा की बेटी जरा इस मुल्क के रहबरों को बुलाओ मैं इतने नहीं कहना मुल्क दे मैं कहना इस पंजाब के सियासतदानों को बुलाओ जरा उस अमर कौर का घर दे विखाओ चलो सारे कट्ठे होकर समर कौर के घर चलिए वेखिए की हालात ने उथे कि हुण समा मंगदा नहीं अज पुलिस वाले कहिंदे ने जी केड़ा सियाणी नूं फड़ के लियाऊगा जिन्ने कुर्सी लैणी उह फड़ के लियाऊगा जे नहीं फड़दा ते कुर्सी उह परे होवे फड़ के लियाउणा पऊगा बादल साहब तुसा लोकां नूं उजाड़िया पंथ नूं उजाड़िया स्पीकर साहब मैं तुहाडे राही बादल साहब नूं मैनूं ही स्पीकर साहब डराया भई बहुता ना बोली उहदे खिलाफ बड़ा खतरनाक बंदा तेरा नुकसान कर दूगा तेरे परिवार का नुकसान कर दूगा देखो वह लिखिया मौत का दिन वही है ना एक दिन रात भर नींद क्यों आती नहीं ते जे सिखी गल सोचिए मरन लिखाए मंडल में आए तो मरण का कोई डर नहीं पर यह गल जरूर है भी सच ना खलोना स्पीकर साहब अमर कौर अखीरली तरीक पुत्र जितन गई फुलका जी दिल्ली सहन जज को ओदे बुला चो आवाज ना निकले ते जज ओदे कन ओदे बुल ना लाए ओ कहिंदी तेनू रब दा वास्ता ही रोज तरीक पा ते इस जालम नू जो तू करना कर ओ शायद कन्नो बोला सी ओने दी आवाज नहीं सुनी पर मैं सुनी मैं अज भी उस बीबी ना खलोता पर 103 साल की होके मर गई वो मर गई 103 साल की वकील दे कर दिल्ली अपने घर नहीं वकील दे कर ते जदों मर लगी उन्हें अपने मुंडे नूं आवाज मारी कहिंदी मैं जिंदगी की जंग हार गई हाँ तू इंसाफ की जंग ना छड्डी मेरी रूह उस दिन शांति मिलेगी जिस दिन कातल सलाखां दे पिछे होएगा वीरो अज लोड़ है कट्ठे होके उहदी रूह नूं शांति पहुंचाइए इहो जे कातल नूं असीं 10 जणी हवालात पिछे भेजिए कौन नहीं फड़दा लो मैं सिर बना जो ना फड़ के लिया मैं मजीरी छड़ दूंगा मैंबरशिप छड़ दूंगा एक कायर अफसर ने जो सानू डराउंदे ने इन्हां दी नीयत माड़ी है इहो जी नीयत वालिया नूं नहीं बख्शना नहीं कुर्सी ते बिठाउणा स्पीकर साहब मैं अखीर च समा बहुत हो गया मैं तुहाडे राही बादल साहब नूं सुनेहा भेजना चाहांगा ओ की शेर है जी दिल को आग लग गई दिल के फुल फुले से कहो जी कहते होंगे जी गर नहीं घर को आग लग गई घर को आग लग नहीं स्पीकर साहब जी वो खीली लाइन है ये बादलों के परिवार को अग जो लग जानी इन्होंने घर के चिराग सुखबीर के चिराग तो एक घर का इन्हों का सड़ना ही सड़ना सड़ चुका लोगों की नजर चो डिग चुके ने खत्म हो चुके ने अज सारी दुनिया कैप्टन साहब को देखती है कैप्टन साहब के फैसले को देखती है कैप्टन साहब जो फैसला करेंगे मगर खलोवांगे पर कैप्टन साहब आ लाइव टेलीविजन अमरीका च भी देख रहे कैनेडा च भी देख रहे
ਸਾਰੀ ਦੁਨੀਆ ਦੇਖ ਰਹੀ ਆ ਅੱਜ ਫੇਲ ਨਾ ਹੋਇਓ ਅੱਜ ਫੇਲ ਨਾ ਹੋਇਓ ਜੋ ਇਤਿਹਾਸ ਤੁਸੀਂ ਪਾਣੀਆਂ ਦਾ ਰਚਿਆ ਸੀ ਅੱਜ ਇਤਿਹਾਸ ਤੁਸੀਂ ਇਨਸਾਫ ਦਾ ਰਚਨਾ ਕਿਰਪਾ ਕਰਿਓ ਅੱਖਰ ਲਿਖੇ ਜਾਣੇ ਨੇ ਫੁਲਕਾ ਜੀ ਕਿਸੇ ਦਾ ਸੁਨਹਿਰੀ ਅੱਖਰਾਂ ਚ ਕਿਸੇ ਦਾ ਕਾਲੇ ਅੱਖਰਾਂ ਚ ਇਹ ਇਤਿਹਾਸਕਾਰ ਆਪ ਵੀ ਲਿਖਦੇ ਨੇ ਇਹਨਾਂ ਦਾ ਵੀ ਇਤਿਹਾਸ ਕਿਸੇ ਲਿਖਣਾ ਸਾਡਾ ਸਾਰੇ 117 ਦਾ ਲਿਖਣਾ ਇਹਨਾਂ ਬਾਈਕਾਟ ਵਾਲਿਆਂ ਦਾ ਵੀ ਲਿਖਣਾ ਤੇ ਆਹ ਜਿਹੜੇ ਅਟੈਂਡ ਕਰ ਰਹੇ ਇਹਨਾਂ ਦਾ ਵੀ ਲਿਖਣਾ ਸੋ ਮੈਂ ਅਖੀਰ ਚ ਕੈਪਟਨ ਸਾਹਿਬ ਨੂੰ ਬੇਨਤੀ ਕਰਾਂਗਾ ਜਰਾ ਇਹ ਜਿਹੜੀਆਂ ਖਾਹਿਸ਼ਾਂ ਨੇ ਸਾਰੇ ਹਾਊਸ ਦੀਆਂ ਵੀ CBI ਤੇ ਜਾਨ ਛਡਾਓ ਆਪਣੀ ਪੁਲਿਸ ਮੈਂ ਕਹਿੰਦਾ ਬੜੀ ਵਧੀਆ ਪੁਲਿਸ ਹੈ ਬੜਾ ਵਧੀਆ ਇਹਨਾਂ ਨੇ ਕੰਮ ਕੀਤਾ ਇਹ ਤੇ ਇਤਬਾਰ ਕਰਦੇ ਹੋਏ ਇਹਨਾਂ ਦੇ ਹੱਥੇ ਗੱਲ ਸਭ ਕੁਝ ਕਰੋ ਜੈ ਹਿੰਦ ਸ੍ਰੀ ਕਿਸਾਨ।